ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਤਾਜਪੁਰ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਹੈ ਨੂਰ ਰਾਏਕੋਟ ਪੈਂਦੀ ਹੈ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145400968। ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਦੋਸਤੋ, ਜਿਹੜੇ ਘਰ ਵੀਡੀਓ ਬਣਾ ਰਹੇ ਆ, ਮਾਤਾ ਹੁਣਾਂ ਦੇ 5-6 ਦੇ ਕਰੀਬ ਘਰ ਪਸ਼ੂ ਰੱਖੇ ਹੋਏ ਆ, ਕੋਈ ਵਪਾਰ ਦਾ ਕੰਮ ਨਹੀਂ, ਸਹਾਇਕ ਧੰਦੇ ਤੌਰ 'ਤੇ ਮਾਤਾ ਉਹਨਾਂ ਦੇ ਪਸ਼ੂ ਰੱਖੇ ਹੋਏ ਆ, ਡੈਰੀ ਦੁੱਧ ਪਾਉਂਦੇ ਆ। ਅਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ, ਆਹ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੈੜ ਵੇਖ ਰਹੇ ਆ, ਬਹੁਤ ਸੋਹਣੀ ਵੱਛੀ ਆ, ਕੱਦ ਕਾਠ ਵਾਲੀ ਆ, ਵਜਨ ਵਾਲੀ ਆ, ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਕਰਮ ਵਾਲੀ ਨੇ। ਇਹ ਸੇਲ ਹੈ, ਵਿਕਾਊ ਆ, ਇਹਦੀ ਇਨਫੋਰਮੇਸ਼ਨ ਲੈ ਦਿੰਦਾ, ਉਹ ਕਰਦੇ ਗੱਲਬਾਤ ਦਿੰਦੇ ਹਾਂ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਦੱਸ ਦਈਏ ਜੀ। ਰਾਏਕੋਟ ਵੀਰੇ, ਪਿੰਡ ਤਾਜਪੁਰ ਆ। ਨਾਮ ਨਾਜਰ ਸਿੰਘ ਦੇ ਘਰ ਜੀ। ਨਾਜਰ ਸਿੰਘ ਦਾ ਘਰ। ਫੋਨ ਨੰਬਰ ਦੱਸ ਦਈਏ ਜੀ। 98-61-2552। ਇੱਕ ਵਾਰੀ ਫਿਰ ਦੱਸ ਜੀ। 98-61-2552। ਠੀਕ ਹੈ ਜੀ। ਕਿੰਨਵਾਂ ਸੂਆ ਬਾਈ? ਇਹ ਪਹਿਲੇ ਸੂਏ ਜੀ। ਮੂੰਹ ਪਤਾ ਕਹਿ ਦਿੰਦਾ ਜੀ? 4 ਹੈ ਜੀ। 24? ਹਾਂਜੀ। ਠੀਕ ਹੈ ਜੀ। ਕਿੰਨੇ ਕੁ ਦਿਨ ਲੈ ਜੂ? ਦਿਨ ਤਾਂ ਹੁਣ ਘਰ ਕਿੰਨੇ ਲੈਂਦੇ ਜੀ? 10 ਕੁ ਦਿਨ ਲੈ ਜੂ। 10 ਕੁ ਦਿਨ ਲੈ ਜੂ। ਕਿੰਨਾ ਕੁ ਦੁੱਧ ਪਿਆ ਜੀ ਬਾਈ? ਬਾਈ, ਇਹਦੀ ਮਾਂ ਨੇ ਤਾਂ ਸਾਨੂੰ 29 ਲੀਟਰ ਦੁੱਧ ਦਿੱਤਾ ਹੋਇਆ ਜੀ। ਇਹਦੀ ਮਾਂ ਨੇ 29 ਲੀਟਰ ਦੁੱਧ ਦਿੱਤਾ? ਹਾਂਜੀ ਹਾਂਜੀ। ਇਹ 30 ਦੇ ਲਗਭਗ ਚਲੀ ਜਾਊਗੀ, ਉਹਦਾ ਕੱਦ ਕਾਠ ਵੀ ਵੱਡਾ, ਇਹਦਾ ਬੇਲ ਵੀ ਵੱਡੀ ਹੈ ਗਾਂ ਦੀ। ਠੀਕ ਹੈ ਜੀ। 30 ਲੀਟਰ ਦੀ ਉਮੀਦ ਕਰਦੇ ਹਾਂ। ਕੱਢੀਏ ਬਾਹਰ ਨੂੰ ਮਾੜੀ, ਤੋਰ ਕੇ ਵਿਖਾ ਦਈਏ ਜੀ। ਆ ਦੋਸਤੋ, ਵੇਖ ਸਕਦੇ ਆ, ਬਹੁਤ ਸੋਹਣੀ ਵੈੜ, ਪਹਿਲਾ ਸੂਆ, ਮੂੰਹ ਤੋਂ 4 ਦੰਦ, ਕੱਦ ਕਾਠ ਵੱਡਾ ਹੀ ਆ, ਸੋਹਣਾ ਬੋਡੀ ਸਟਰਕਚਰ ਆ, ਖੁੱਲ੍ਹ ਡੁੱਲੇ ਅੰਗਾਂ ਪੈਰਾਂ ਦੀ ਆ। ਹਵਾਨਾ ਕਰਮ ਵਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ। ਸਾਈਡਾਂ 'ਚ ਵਲ ਢਿੱਲ ਹਜੇ ਕਾਫੀ ਬਾਕੀ ਆ, 10 ਦਿਨ ਬਾਈ ਦੱਸਦਾ, ਮਾਤਾ ਦੱਸਦੀ ਆ ਕਿ ਹਜੇ ਲੈ ਜਾਣੇ ਡੇਟ ਮੁਤਾਬਕ। ਕੱਚੀ ਬੰਨ ਲਓ, ਇੱਥੇ ਬੰਨ ਲਓ ਜਿੱਥੋਂ ਖੋਲ੍ਹੀ ਆ। 9-10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ, ਜਿੱਦਣ ਤਿਆਰ ਹੋ ਜਾਂਦੀ, ਪੂਰਾ ਵੱਡਾ ਜ਼ਬਰਦਸਤ ਵਾਨਾ ਤਿਆਰ ਕਰਕੇ ਸੋਣਾ। ਬਾਈ ਦੱਸਦਾ ਕਿ ਇਹਦੀ ਮਾਂ ਦਾ 29 ਲੀਟਰ ਦੁੱਧ ਦਿੱਤਾ, ਇਹਦੀ ਮਾਂ ਨੇ ਪਿਛਲੇ ਸੂਏ, ਉਹਦੀ ਇਹ ਧੀ ਆ, 29-30 ਲੀਟਰ ਦੁੱਧ ਦੀ ਵੀਰ ਉਮੀਦ ਕਰਦਾ ਕਿ ਐਰ ਕੀ ਇਹ ਵੀ ਇੱਥੇ ਖੁੱਲ੍ਹਾ ਪਿਆ ਜੂਗੀ। ਹਵਾਨਾ ਸੋਹਣਾ, ਉੱਪਰੋਂ ਫੋਟੰਗੂ ਚੌੜਾ ਹਵਾਨਾ ਸਟਾਰਟ ਹੁੰਦਾ, ਸਾਈਡਾਂ 'ਚ ਵਲ ਢਿੱਲ ਹਜੇ ਕਾਫੀ ਬਾਕੀ ਆ, ਬਾਕੀ ਦਿਨ 10 ਪਏ ਆ, 8-10 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ, ਜਿੱਦਣ ਤਿਆਰ ਹੋ ਜਾਂਦੀ, ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ। ਥਣ ਸੋਹਣੇ ਆ, ਮੁੱਠੀ ਵਾਲੇ ਹੱਥੀ ਚੁਆਈ ਵਾਲੇ, ਗੁਲਾਬੀ ਥਣ ਹੈ, ਗੈਬ 'ਚ ਲੱਗੇ ਹੋਏ ਆ। ਦੋਸਤੋ, ਨਹੀਂ ਆਮ ਪਹਿਲਣ ਵੱਛੀ ਦਾ ਥਣ ਚੂੰਡੀ ਜੀ ਵਾਲਾ ਹੁੰਦਾ, ਪਰ ਇਹ ਵੈੜ ਦਾ ਕਰਮ ਵਾਲੀ ਦਾ ਦੂਜੇ ਵਾਲਾ ਥਣ ਲੱਗਿਆ, ਪੂਰਾ ਮੁੱਠੀ ਵਾਲਾ ਹੱਥੀ ਚੁਆਈ ਵਾਲਾ ਜਾਨ ਵਾਲਾ ਥਣ ਹੈ, ਭਾਵੇਂ ਅਗਲਾ ਹੱਥੀ ਚੁਆਈ ਕਰ ਲਏ, ਭਾਵੇਂ ਮਸ਼ੀਨ 'ਤੇ ਚੁਆਈ ਕਰ ਲਏ, ਥਣ ਦਾ ਸਾਈਜ਼ ਪੂਰਾ ਸੋਹਣਾ। ਅਗਾੜੀ 'ਚ ਵੀ ਦੁੱਧ ਚੰਗਾ ਹੋਊ, ਮੂਹਰਲੇ ਥਾਂ ਤੋਂ ਫੋਟਾਂਗੂ ਹਵਾਨਾ, ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ, ਬੈਕ ਨੂੰ ਪੱਟਾਂ ਤੋਂ ਪਿੱਛੇ ਹਟਵਾਂ ਹਵਾਨਾ, ਅੱਗੇ ਧੁੰਨੀ ਨੂੰ ਹਵਾਨਾ ਟੱਚ ਕਰਦਾ, ਹਜੇ ਵਲ ਢਿੱਲਾਂ ਕਾਫੀ ਬਾਕੀ ਆ, ਬਾਕੀ ਹਜੇ 10 ਦਿਨ ਪਏ ਆ, 8-10 ਦਿਨਾਂ ਤਾਈਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ। ਕੱਦ ਕਾਠ ਪੂਰਾ, ਵਜਨ ਬਹੁਤ ਹੈ। ਆਫ ਕੈਮਰਾ ਵੀਰ ਦੱਸਦਾ ਸੀਗਾ, ਥੋੜ੍ਹਾ ਜਿਹਾ ਵੀਰ ਸੰਗਦਾ ਕਿਉਂਕਿ ਵੀਡੀਓ ਕਿਤੇ ਬਣਾਈ ਨਹੀਂ, ਪਹਿਲੀ ਵੀਡੀਓ ਬਣਾ ਰਹੇ ਹਾਂ, ਘਰੇਲੂ ਪਸ਼ੂ ਆ, ਕੋਈ ਵਪਾਰ ਦਾ ਕੰਮ ਨਹੀਂ, ਡੈਨਮਾਰਕ ਦਾ ਸੀਵਨ ਲੱਗਾ ਜੀ ਤੋਂ ਇਹ ਗੱਬਣ ਆ, ਜਿਹਦੇ ਪਸੰਦ ਆਊਗੀ ਵੀਰ ਕਹਿੰਦਾ, ਜੇ ਕੋਈ ਸਟਰਾ ਵੇਖਣਾ ਚਾਹੁੰਦਾ, ਸਟਰਾ ਆਪਣੇ ਕੋਲ ਹੈਗਾ, ਸਾਂਭ ਕੇ ਰੱਖਿਆ, ਆਪਾਂ ਵਿਖਾ ਦੇਵਾਂਗੇ, ਅਗਲਾ ਵੇਖ ਕੇ ਤਸੱਲੀ ਕਰ ਲਏ। ਮੁੱਲ ਬਾਈ ਜਾਇਜ਼ ਜਿਹਾ ਲੈਣ ਦੇਣ ਵਾਲਾ? ਇੱਕ ਲੱਖ ਮਾਨਤਾ ਨਾ ਹੋ ਜੀ ਮੌਕੇ 'ਤੇ, ਮੌਕੇ ਦੀ ਗੱਲ ਸਹੀ ਹੈ ਜੀ। ਦੋਸਤੋ, ਨਰਮ ਜਿਹੇ ਸੁਭਾਅ ਦਾ ਮਾਲਕ ਆ ਵੀਰ, ਵੀਰ ਕਹਿੰਦਾ ਅਸੀਂ ਤਾਂ 1 ਲੱਖ ਰੁਪਈਆ ਮੰਗਦੇ ਹਾਂ,
ਬਾਕੀ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਣ ਤਾਣ ਹੋ ਜੂ, ਤੁਸੀਂ ਬੇਫਿਕਰ ਹੋ ਕੇ ਆ ਜਾਇਓ, ਤੁਹਾਨੂੰ ਵੀ ਪਤਾ ਕੋਈ ਰੇਟ ਫਿਕਸ ਨਹੀਂ ਹੁੰਦੇ, ਮੌਕੇ ਤੇ ਆਏ ਗਏ ਭੈਣ ਭਰਾ ਦਾ ਹਰੇਕ ਭੈਣੀ ਭਰਾ ਮਾਣ ਤਾਣ ਕਰਦਾ ਹੀ ਹੈ। ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਚੌਗੀ ਵੱਛੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ, ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ। ਨਾਜਰ ਸਿੰਘ ਦਾ ਘਰ ਆ ਇਹ, ਬਾਕੀ ਫੋਨ ਨੰਬਰ ਸਕਰੀਨ 'ਤੇ ਆ, ਵੀਰ ਨਾਲ ਫੋਨ 'ਤੇ ਗੱਲਬਾਤ ਕਰ ਲਓ, ਵੀਰ ਤੁਹਾਨੂੰ ਪ੍ਰੋਪਰ ਐਡਰੈਸ ਸਮਝਾ ਦੂ। ਹਵਾਨਾ ਸੋਹਣਾ ਲੰਮਾ ਹਵਾਨਾ, ਬੈਕ ਨੂੰ ਪੱਟਾਂ ਤੋਂ ਪਿੱਛੇ ਹਟਵਾਂ ਹਵਾਨਾ, ਅੱਗੇ ਧੁਨੀ ਨੂੰ ਹਵਾਨਾ ਟੱਚ ਕਰਦਾ। ਬਾਕੀ ਫੋਨ ਨੰਬਰ ਸਕਰੀਨ 'ਤੇ ਆ, ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ। ਜੇ ਕਿਸੇ ਨੇ ਘਰ ਆਉਣਾ, ਐਡਰੈਸ ਤੁਹਾਨੂੰ ਦੱਸ ਹੀ ਦਿੱਤਾ, ਪਿੰਡ ਤਾਜਪੁਰ ਹੈ, ਨੇੜੇ ਰਾਏਕੋਟ ਰਹਿ ਜਾਂਦਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।